सत श्री अकाल, मैं तुहाडा लखविंदर सिंह जी। आप जी मेरे चैनल पर नवे आए हो तो मेरे चैनल सबसक्राइब कर दो, बेल आइकन का बटन दबा दो, जो वीडियो की आने वाली नवी तो नवी नोटिफिकेशन आप जी तक पहुँच सके। जी आप जी मैं इंस्टाग्राम पर भी फॉलो करना चाहते हो तो ये मेरी इंस्टाग्राम की आई डी है, आप जी मैं इंस्टाग्राम पर भी फॉलो कर सकते हो। तो अब जो अं रिएक्शन लैके आए हाँ, लवली नूरवीर जी का नव सोंग आया है अज ही, निशान सोंग का नाम है, जो जून 1984 जी के ये सोंग बनाया हुआ है। आओ नाल दी नाल असी सोंग देखते हैं ते नाल दी नाल वेखना करते हैं इस सोंग दे विच की गल कीती हुई है। आओ सोंग नूं देखना करिए। गुरु रामदास पातशाह दा पाणा मन के टेकण गया सी मत्था पग बन के, हां गुरु रामदास पातशाह दा पाणा मन के टेकण गया सी मत्था पग बन के, सुबह मिट्टी नाल कोठा लिपिया, मिट्टी नाल कोठा लिपिया, शामी बदल कटावा बन छागे, पैणो सांभियो नी वीर अपने, महीना जून दा ते दिन ओही आ गए, हाड़ा सांभ लियो मुंडे अपने, महीना जून दा ते दिन ओही आ गए, मैनू सुपने च टैंक दिस दे, मैनू सुपने च टैंक दिस दे, मैनू सुपने च टैंक दिस दे, नी जेड़े हसदा अंबर सर खा गे, अजेड़े वसदा अंबर सर खा गे। ਇਹ ਸੀ ਗਾਣੇ ਦਾ ਪਹਿਲਾ ਪੈਰਾ ਜਿਸ ਦੇ ਵਿੱਚ ਬੜਾ ਸੋਹਣਾ ਲਵਲੀ ਨੂਰਵੀਰ ਜੀ ਨੇ ਲਿਖਿਆ ਤੇ ਗਾਇਆ ਵੀ ਹੋਇਆ ਏ। ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਭਾਣਾ ਮੰਨ ਕੇ ਟੇਕਣ ਗਿਆ ਸੀ ਮੱਥਾ ਪੱਗ ਮੰਨ ਕੇ, ਕਿ ਮੈਂ ਤਾਂ ਭਾਣਾ ਮੰਨ ਕੇ ਇੱਕ ਮੱਥਾ ਟੇਕਣ ਵਾਸਤੇ ਗਿਆ ਸੀ, ਸੁਬਾ ਮਿੱਟੀ ਨਾਲ ਕੋਠਾ ਲਿਪਿਆ ਤੇ ਸ਼ਾਮੀ ਬੱਦਲ ਘਟਾਵਾਂ ਵੱਲ ਛਾ ਗਏ, ਕਿ ਸੁਬਾ ਮਿੱਟੀ ਦੇ ਨਾਲ ਕੋਠੇ ਨੂੰ ਲਿਪਿਆ ਸੀ, ਸ਼ਾਮ ਨੂੰ ਕਾਲੀਆਂ ਘਟਾਵਾਂ ਆ ਗਈਆਂ ਯਾਰ ਬੱਦਲ ਆ ਗਏ, मैं सेरे गया सी अकाल तख्त ते मत्था टेक के आया ते शाम नूं उस अकाल तख्त दी टै ढेरी कर दित्ती उन्हां जालमां ने। भैणो सांभियो नी वीरे अपने, महीना जून दा ते दिन उही आ गए, भैणो अपने वीरां नूं सांभियो। उही जून 84 दे विच कईआं भैणां दे भरा मार दित्ते गए, यार भरा दी कमी कित्थों पूरी कर दोगे यार तुसीं, वह भैन किवें भुल सकती है 84 नूं, माँ किवें भुल सकती है 84 नूं, पिता किवें भुल सकता है 84 नूं, वह बाप किवें भुल सकता है 84 नूं, जिन्ना दे तुसीं घर दा जी खोह लिया यार, हाड़ा सांभ लिओ मुंडे अपने, महीना जून दा ते दिन उही आ गए, अपने मुंडे सांभ लिओ यार, जिन्ना मुंडिया नूं यार शक दे आधार ते फड़ फड़ के यार उन्हां दा शरेआम कतलेआम किया गया यार, नौजवानी पीढ़ी खत्म कर दिती गई जिहड़े पिंडां दे विच्चों, ਉਹ ਪਿੰਡ ਕਿਵੇਂ ਭੁੱਲ ਸਕਦੇ ਨੇ ਉਹ 84 ਨੂੰ ਯਾਰ, ਨਾ ਜੂਨ ਦਾ ਤੇ ਦਿਨ ਉਹੀ ਆ ਗਿਆ, ਅੱਜ ਉਹੀ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਨੌਜਵਾਨੀ ਪੀੜ੍ਹੀ ਖਤਮ ਕਰ ਦਿੱਤੀ ਸੀ ਯਾਰ। ਮੈਨੂੰ ਸੁਪਨੇ 'ਚ ਟੈਂਕ ਦਿਸਦੇ ਜਿਹੜਾ ਹੱਸਦਾ ਅੰਬਰ ਸਰ ਖਾ ਗਏ, ਕਿ ਮੈਨੂੰ ਸੁਪਨੇ ਦੇ ਵਿੱਚ ਵੀ ਅੱਜ ਵੀ ਮੈਨੂੰ ਟੈਂਕ ਦਿਸਦੇ ਨੇ ਜਿਹੜਾ ਹੱਸਦਾ ਵੱਸਦਾ ਅੰਬਰ ਸਰ ਨੂੰ ਖਾ ਗਏ ਯਾਰ, ਅਤੇ ਉਹ ਕੌਣ ਖਾ ਗਏ, ਉਹ ਸਾਡੀਆਂ ਗੰਦੀਆਂ ਸਰਕਾਰਾਂ, ਉਹ ਸਾਡੀਆਂ ਗੰਦੀਆਂ ਨੀਤੀਆਂ ਯਾਰ, ਜਿਹੜਾ ਹੱਸਦਾ ਵੱਸਦਾ ਕਿਸੇ ਦੀ ਮਾਂ ਦਾ ਪੁੱਤ ਖਾ ਗਿਆ, ਕਿਸੇ ਭੈਣ ਦਾ ਭਰਾ ਖਾ ਗਿਆ, ਕਿਸੇ ਬਾਪ ਦਾ ਬੱਚਾ ਖਾ ਗਿਆ ਯਾਰ, ਕਿਸੇ ਘਰਾਂ ਦੇ ਜੀ ਦੇ ਜੀ ਸਾਰੇ ਖਾ ਗਿਆ, ਹੱਸਦਾ ਵੱਸਦਾ ਅੰਮ੍ਰਿਤਸਰ ਉਹ ਟੈਂਕਾਂ ਦੇ ਚੜ੍ਹੇ ਹੋਏ ਗੋਲੇ ਖਾ ਗਏ ਯਾਰ, ਉਹ ਅੰਮ੍ਰਿਤਸਰ ਨੂੰ, ਉਹ ਗੁਰਦੁਆਰਿਆਂ ਨੂੰ ਢਹਿ ਢੇਰੀ ਕਰ ਦਿੱਤਾ ਯਾਰ ਅਕਾਲ ਤਖ਼ਤ ਨੂੰ, ਜਿਹੜੇ ਵੱਸਦਾ ਅੰਮ੍ਰਿਤਸਰ ਖਾ ਗਏ ਯਾਰ, ਜਿਹੜੇ ਹੱਸਦੇ ਵੱਸਦੇ ਨੂੰ ਅੰਮ੍ਰਿਤਸਰ ਨੂੰ ਖਾ ਗਏ, ਅੱਜ ਵੀ ਉਹਨਾਂ ਨੂੰ ਸੁਪਨੇ ਆਉਂਦੇ ਨੇ ਯਾਰ 84 ਦੇ, ਉਹਨਾਂ ਨੂੰ ਜਿਨ੍ਹਾਂ 'ਤੇ ਬੀਤੀ ਹੈ, ਹੱਡ ਬੀਤੀ ਹੈ ਜਿਨ੍ਹਾਂ ਦੀ ਯਾਰ, ਦੂਜੇ ਕਿੱਥੋਂ ਯਾਦ ਕਰਨਗੇ, ਜਿਨ੍ਹਾਂ ਦੇ ਹੰਡਾਂ 'ਤੇ ਹੰਡਾਈਆਂ ਹੋਈਆਂ ਨੇ ਉਹ ਜਾਣ ਸਕਦੇ ਨੇ ਇਹ ਚੀਜ਼ਾਂ ਨੂੰ। ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ। ਟੈਲੀਫੋਨ ਬੰਦ ਹੋ ਗਏ ਚੱਲਦੀ ਨਾ ਤਾਰਨੀ, ਪੁੱਛਦੀ ਹਵਾਵਾਂ ਕੋਲੋਂ ਦਿੰਦੀਆਂ ਨਾ ਸਾਰਨੀ, ਟੈਲੀਫੋਨ ਬੰਦ ਹੋ ਗਏ ਬੰਦ ਹੋ ਗਈ ਤਾਰਨੀ, ਪੁੱਛਦੀ ਹਵਾਵਾਂ ਕੋਲੋਂ ਦਿੰਦੀਆਂ ਨਾ ਸਾਰਨੀ, ਗੋਲੀ ਖੈਂਦੀ ਆ ਨਿਸ਼ਾਨ ਸਾਹਿਬ ਨੂੰ, ਗੋਲੀ ਖੈਂਦੀ ਆ ਨਿਸ਼ਾਨ ਸਾਹਿਬ ਨੂੰ, ਖੌਰੇ ਕੌਣ ਸੀ ਜੋ ਰੱਬ ਹੀ ਭੁਲਾ ਗਏ, ਭੈਣੋ ਸਾਂਭਿਓ ਨੀ ਵੀਰ ਆਪਣੇ, ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ, ਹਾੜਾ ਸਾਂਭ ਲਿਓ ਮੁੰਡੇ ਆਪਣੇ,
ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ। ਇਹ ਸੀ ਗਾਣੇ ਦਾ ਅਗਲਾ ਪੈਰਾ ਜਿਸ ਦੇ ਵਿੱਚ ਗੱਲ ਕੀਤੀ ਹੈ ਟੈਲੀਫੋਨ ਬੰਦ ਹੋ ਗਏ ਬੰਦ ਹੋ ਗਈ ਤਾਰ ਨੇ ਪੁੱਛਦੀ ਹਵਾਵਾਂ ਕੋਲ ਪਰ ਦਿੰਦੀ ਨਹੀਂ ਸਾਰ ਨੇ ਟੈਲੀਫੋਨ ਉਸ ਵਕਤ ਬੰਦ ਕਰ ਦਿੱਤੇ ਗਏ ਯਾਰ ਖਬਰਾਂ ਨਹੀਂ ਆਉਂਦੀਆਂ ਸੀ ਮਾਂ ਆਪਣੇ ਪੁੱਤ ਨੂੰ ਫੋਨ ਕਰਕੇ ਨਹੀਂ ਪੁੱਛ ਸਕਦੀ ਕਿ ਪੁੱਤ ਕਿੱਥੇ ਆ ਤੂੰ ਯਾਰ ਜਿਹੜਾ ਮਾਂ ਦਾ ਪੁੱਤ ਘਰ ਤੋਂ ਚਲੇ ਗਿਆ ਹੋਵੇ ਵਾਪਸ ਨਾ ਆਇਆ ਹੋਵੇ ਉਹ ਮਾਂ ਦਾ ਕੀ ਹਾਲ ਹੁੰਦਾ ਹੋਵੇਗਾ ਕਿ ਪੁੱਤ ਗਿਆ ਸੀ ਚੰਗਾ ਭਲਾ ਆਇਆ ਹੀ ਨਹੀਂ ਘਰ ਵਾਪਸ ਗਿਆ ਸੀ ਤੋਰਿਆ ਸੀ ਮੱਥਾ ਟੇਕਣ ਵਾਸਤੇ ਪਰ ਘਰੇ ਪਹੁੜਿਆ ਹੀ ਨਹੀਂ ਉਹ ਯਾਰ ਜਿਹਦਾ ਰਸਤੇ ਦੇ ਵਿੱਚ ਕਤਲ ਕਰ ਦਿੱਤਾ ਹੋਵੇ ਜਿਹਨੂੰ ਰਸਤੇ ਦੇ ਵਿੱਚ ਖਤਮ ਕਰ ਦਿੱਤਾ ਹੋਵੇ ਉਹ ਮਾਂ ਹਵਾਵਾਂ ਨੂੰ ਪੁੱਛਦੀ ਆ ਪੁੱਤ ਮੇਰਾ ਕਿੱਥੇ ਆ ਪਰ ਹਵਾਵਾਂ ਕਿੱਥੋਂ ਸਾੜ ਦਿੰਦੀਆਂ ਕਿ ਤੇਰਾ ਪੁੱਤ ਦੱਸ ਸਕੇ ਕਿੱਥੇ ਆ ਉਹ ਕਿਹੜੀ ਨਹਿਰ ਦੇ ਵਿੱਚ ਲਾਸ਼ ਬਣ ਕੇ ਰੁੜ ਗਿਆ ਤੇਰਾ ਪੁੱਤ ਪਤਾ ਨਹੀਂ ਕਿੱਥੇ ਆ ਉਹ ਪੁੱਤ ਉਸ ਵਕਤ ਕੋਈ ਟੈਲੀਫੋਨ ਟੀਵੀਆਂ 'ਤੇ ਉਹ ਖਬਰਾਂ ਨਹੀਂ ਆਉਂਦੀਆਂ ਸੀ ਇਨਸਾਨ ਜਿਹੜਾ ਪਤਾ ਲੱਗ ਸਕਦਾ ਕਿ ਕੀ ਸੱਚ ਸੀ ਅਤੇ ਕੀ ਝੂਠ ਸੀ ਅੱਜ ਦੇ ਜ਼ਮਾਨੇ ਦੇ ਅੰਦਰ ਵਾਲਾ ਹਿਸਾਬ ਨਹੀਂ ਸੀ ਅੱਜ ਹਰ ਖਬਰ ਘਰ ਘਰ ਦੇ ਵਿੱਚ ਪਹੁੰਚਦੀ ਆ ਪਰ ਗੋਦੀ ਮੀਡੀਆ ਅੱਜ ਵੀ ਉਹਨਾਂ ਖਬਰਾਂ ਨੂੰ ਝੂਠੀਆਂ ਪੇਸ਼ ਕਰਕੇ ਦਿਖਾਉਂਦਾ ਹੈ ਅੱਜ ਵੀ ਕਿਸਾਨਾਂ ਦੀਆਂ ਖਬਰਾਂ ਨੂੰ ਅੱਤਵਾਦੀ ਕਹੀ ਕਹਿੰਦੀ ਗੋਦੀ ਮੀਡੀਆ ਗੋਲੀ ਖਹਿੰਦੀ ਆ ਨਿਸ਼ਾਨ ਸਾਹਿਬ ਨੂੰ ਖਲਾ ਕੌਣ ਸੀਗੇ ਜੋ ਰੱਬ ਨੂੰ ਭੁਲਾ ਗਏ ਯਾਰ ਗੋਲੀ ਖਹਿੰਦੀ ਨਿਸ਼ਾਨ ਸਾਹਿਬਾਂ 'ਤੇ ਗੋਲੀਆਂ ਵੱਜੀਆਂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਗੋਲੀ ਵੱਜੀ ਯਾਰ ਪਰ ਕਿਹੜੇ ਸੀ ਉਹ ਜਿਹੜੇ ਰੱਬ ਨੂੰ ਹੀ ਭੁਲਾ ਗਏ ਉਹ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਗੁਰੂ ਸਾਹਿਬ ਜੀ ਦੀ ਸੋਚ ਕੀ ਸੀ ਉਹ ਗੁਰਬਾਣੀ ਦੀ ਸੋਚ ਕੀ ਸੀ ਜੇ ਉਹ ਸੋਚ ਨੂੰ ਕਿਤੇ ਉਹਨਾਂ ਵਰਗਿਆਂ ਨੇ ਪੜ੍ਹਿਆ ਹੁੰਦਾ ਤਾਂ ਨਮਸਕਾਰ ਕਰਦੇ ਨਾ ਕਿ ਤੁਸੀਂ ਗੋਲੀਆਂ ਚਲਾਉਂਦੇ ਯਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਤੁਹਾਨੂੰ ਸੱਚਾਈ ਦੇ ਰਸਤੇ 'ਤੇ ਤੋਰਦੇ ਸੀ ਕੀ ਕਸੂਰ ਸੀ ਉਹਨਾਂ ਗੁਰਦੁਆਰਿਆਂ ਦਾ ਅਤੇ ਇਕੱਲੇ ਅਕਾਲ ਤਖਤ 'ਤੇ ਨਹੀਂ ਹੋਰ ਕਈ ਗੁਰਦੁਆਰਿਆਂ 'ਤੇ ਪੰਜਾਬ ਦੇ ਵਿੱਚ ਅਟੈਕ ਕਰਾਇਆ ਗਿਆ ਉਹ ਗੁਰਦੁਆਰਿਆਂ ਦਾ ਕੀ ਕਸੂਰ ਸੀ ਯਾਰ ਉਹ ਮਾਵਾਂ ਦਾ ਕੀ ਕਸੂਰ ਸੀ ਉਹਨਾਂ ਬੱਚਿਆਂ ਦਾ ਕੀ ਕਸੂਰ ਸੀ ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ ਹਿੰਦੂ ਸਿੱਖ ਨਾਰਿਆਂ ਦੀ ਸਾਨੂੰ ਨਹੀਂ ਜੇ ਲੋੜ ਵੇ ਆਪਣਾ ਹੀ ਦਿੱਲੀ ਏ ਤੇ ਆਪਣਾ ਲਾਹੌਰ ਵੇ ਹਿੰਦੂ ਸਿੱਖ ਨਾਰਿਆਂ ਦੀ ਸਾਨੂੰ ਨਹੀਂ ਜੇ ਲੋੜ ਵੇ ਆਪਣੀ ਹੀ ਦਿੱਲੀ ਆ ਤੇ ਆਪਣਾ ਲਾਹੌਰ ਵੇ ਰਾਜਨੀਤੀ ਤੋਂ ਸ਼ਦਾਇਆ ਬਚ ਲਈ ਰਾਜਨੀਤੀ ਤੋਂ ਸ਼ਦਾਇਆ ਬਚ ਲਈ ਅੱਗਾਂ ਦੇਸ਼ ਵਿੱਚ ਲਾ ਕੇ ਰੋਟੀ ਤਾਗੇ ਭੈਣੋ ਸਾਂਭਿਓ ਨੀ ਵੀਰ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਹਾੜਾ ਸਾਂਭ ਲਿਓ ਮੁੰਡੇ ਆਪਣੇ ਮਹੀਨਾ ਜੂਨ ਦਾ ਤੇ ਦਿਨ ਉਹੀ ਆ ਗਏ ਮੈਨੂੰ ਸੁਪਨੇ 'ਚ ਟੈਂਕ ਦਿਸਦੇ ਮੈਨੂੰ ਸੁਪਨੇ 'ਚ ਟੈਂਕ ਦਿਸਦੇ ਮੈਨੂੰ ਸੁਪਨੇ 'ਚ ਟੈਂਕ ਦਿਸਦੇ ਨੀ ਜਿਹੜੇ ਹੱਸਦਾ ਅੰਬਰ ਸਰ ਖਾ ਗਏ ਆ ਜਿਹੜੇ ਵੱਸਦਾ ਅੰਬਰ ਸਰ ਖਾ ਗਏ ਇਹ ਸੀ ਗਾਣੇ ਦਾ ਅਗਲਾ ਪਹਿਲਾ ਜਿਸ ਦੇ ਵਿੱਚ ਗੱਲ ਕੀਤੀ ਹੈ ਹਿੰਦੂ ਸਿੱਖ ਨਾਰਿਆਂ ਦੀ ਸਾਨੂੰ ਨਹੀਂ ਉਹ ਲੋੜ ਵੇ ਆਪਣਾ ਹੀ ਦਿੱਲੀ ਅਤੇ ਆਪਣਾ ਹੀ ਲਾਹੌਰ ਵੇ ਸਾਨੂੰ ਹਿੰਦੂ ਸਿੱਖ ਨਾਰਿਆਂ ਦੀ ਨਹੀਂ ਲੋੜ ਯਾਰ ਅਸੀਂ ਇੱਕ ਸੀ ਯਾਰ ਅਸੀਂ ਵੱਖ ਨਹੀਂ ਸੀ ਅਤੇ ਸਾਡਾ ਹੀ ਲਾਹੌਰ ਸੀ ਅਤੇ ਸਾਡਾ ਹੀ ਉਹ ਦਿੱਲੀ ਸੀ ਦਿੱਲੀ ਕੋਈ ਵੱਖਰਾ ਨਹੀਂ ਸੀ ਉਸ ਦਿੱਲੀ ਵਿੱਚ ਵੀ ਸਾਡੇ ਭੈਣ ਭਰਾ ਵੱਸਦੇ ਨੇ ਉਸ ਦਿੱਲੀ ਦੇ ਵਿੱਚ ਵੀ ਸਾਡੇ ਪਰਿਵਾਰ ਵੱਸਦੇ ਨੇ ਯਾਰ ਅਤੇ ਉਹ ਦਿੱਲੀ ਵੱਖ ਨਹੀਂ ਸੀ ਸਾਨੂੰ ਨਾਰਿਆਂ ਦੀ ਲੋੜ ਨਹੀਂ ਸੀ ਯਾਰ ਅਤੇ ਰਾਜਨੀਤੀ ਤੋਂ ਸ਼ਦਾਈਆ ਬਚ ਲਈ ਅੱਗਾਂ ਦੇਸ਼ ਵਿੱਚ ਲਾ ਕੇ ਰੋਟੀ ਤਾ ਗਏ ਦੇਸ਼ ਨੂੰ ਅੱਗਾਂ ਲਾ ਗਏ ਯਾਰ ਅਤੇ ਆਪਣੀਆਂ ਰੋਟੀਆਂ ਸੇਕਣ ਵਾਸਤੇ ਯਾਰ 47 ਦੀ ਵੰਡ ਵੀ ਉਹਨਾਂ ਪ੍ਰਧਾਨਗੀਆਂ ਉਹਨਾਂ ਚੌਧਰਾਂ ਕਰਕੇ ਹੋਈ ਯਾਰ ਇੱਕ ਮੰਤਰੀਆਂ ਬਣਨ ਕਰਕੇ ਹੋਈ 47 ਦੀ ਵੰਡ ਵੀ ਯਾਰ ਅਤੇ ਆਪਣੀਆਂ ਰੋਟੀਆਂ ਸੇਕਣ ਵਾਸਤੇ ਦੇਸ਼ ਦਾ ਉਜਾੜਾ ਕਰ ਦਿੱਤਾ ਯਾਰ ਦੇਸ਼ ਨੂੰ ਵੱਖ ਕਰ ਦਿੱਤਾ ਯਾਰ ਉਹ ਰੋਟੀਆਂ ਸੇਕਣ ਵਾਸਤੇ ਕਈ ਘਰ ਬੇਘਰ ਕਰ ਦਿੱਤੇ ਕਈਆਂ ਦੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਕਈ ਘਰਾਂ ਦੇ ਜੀ ਮਰ ਗਏ ਯਾਰ ਕਈ ਘਰ ਬੇਘਰ ਹੋ ਗਏ ਉਹਨਾਂ ਸਰਕਾਰਾਂ ਨੇ ਆਪਣੀਆਂ ਰੋਟੀਆਂ ਤੋਣ ਵਾਸਤੇ ਉਹ ਰਾਜਨੀਤਿਕ ਬੰਦੇ ਦੋਗਲੇ ਬਣ ਕੇ ਸਾਡੀ ਕੌਮ ਦੇ ਵਿੱਚ ਵੜ ਗਏ ਅਤੇ ਸਾਡਾ ਹੀ ਘਾਣ ਕਰ ਦਿੰਦੇ ਨੇ ਯਾਰ ਇਹਨਾਂ ਬੰਦਿਆਂ ਤੋਂ ਸੁਚੇਤ ਰਹਿਓ ਯਾਰ ਬਚ ਕੇ ਰਹਿਓ ਇਹ ਵਿੱਚ ਹੀ ਕੌਮ ਦੇ ਵੜ ਕੇ ਤੁਹਾਡਾ ਖਾਤਮਾ ਕਰਨ ਆ ਜਾਣਗੇ
ਇਹ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਨੇ ਇਹਨਾਂ ਵਰਗੀਆਂ ਨੇ ਇਹਨਾਂ ਦਾੜੇ ਰੱਖੇ ਹੋਏ ਨੇ ਪਰ ਪਹਿਰਾਵੇ ਦੇ ਸਿੱਖ ਨੇ ਅੰਦਰੋਂ ਸਿੱਖ ਨਹੀਂ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਲੇ ਸਿੱਖ ਨਹੀਂ ਹੈ ਜਿਹੜੇ ਕਹਿੰਦੇ ਸੀ ਸਿੱਖੀ ਸਿੱਖਿਆ ਗੁਰ ਵਿਚਾਰ ਕਿ ਅਸਲੀ ਸਿੱਖ ਹੀ ਉਹ ਹੈ ਜਿਹੜਾ ਅੰਦਰ ਆਪਣੇ ਵਿਚਾਰ ਸੋਹਣੀ ਰੱਖਦਾ ਹੈ ਜਿਹੜੀ ਚੰਗੀ ਸੋਚ ਦਾ ਮਾਲਕ ਹੈ ਜਿਹੜਾ ਚੰਗੀ ਅਕਲ ਦਾ ਮਾਲਕ ਹੈ ਉਹ ਅਸਲੀ ਜਿਹੜਾ ਜੀਵਨ ਦੇ ਵਿੱਚ ਹਮੇਸ਼ਾ ਸਿੱਖ ਦਾ ਰਵੇ ਸਟੂਡੈਂਟ ਹੈ ਜਿਹੜਾ ਪਰ ਉਹ ਪਹਿਰਾਵੇ ਦੇ ਸਿੱਖ ਬਣ ਕੇ ਸਿਰਾਂ 'ਤੇ ਪੱਗਾਂ ਬਣ ਕੇ ਦਾੜੀ ਰੱਖ ਕੇ ਪਰ ਕੌਮ ਦਾ ਗਰਦਾਰ ਨੇ ਉਹ ਘਾਣ ਕਰਦੇ ਨੇ ਯਾਰ ਉਹ ਪੜਿਆ ਅੱਜ ਮਾਵਾਂ ਦੇ ਪੁੱਤ ਖੋਏ ਗਏ ਉਹ ਵਾਪਸ ਨਹੀਂ ਆਏ ਮਾਵਾਂ ਡੀਕਦੀਆਂ ਨੇ ਯਾਰ ਪਰ ਮਾਵਾਂ ਦੇ ਪੁੱਤ ਕਿੱਥੋਂ ਵਾਪਸ ਆ ਜਾਣਗੇ ਭੈਣਾਂ ਡੀਕਦੀਆਂ ਨੇ ਭੈਣਾਂ ਦੇ ਭਰਾ ਕਿੱਥੋਂ ਆ ਜਾਣਗੇ ਭੈਣ 84 ਨਹੀਂ ਭੁੱਲ ਸਕਦੀ ਜਿਹਦਾ ਭਰਾ ਚਲੇ ਗਿਆ ਉਹ ਮਾਂ 84 ਨਹੀਂ ਭੁੱਲ ਸਕਦੀ ਜਿਹਦਾ ਪੁੱਤ ਚਲੇ ਗਿਆ ਉਹ ਭੈਣ 84 ਨਹੀਂ ਭੁੱਲ ਸਕਦੀ ਜਿਹਦਾ ਪਤੀ ਚਲੇ ਗਿਆ ਯਾਰ ਅਤੇ ਉਹ ਕਦੀ ਭੁੱਲ ਨਹੀਂ ਸਕਦੇ ਉਸ 84 ਨੂੰ ਉਹ ਪਿੰਡ ਕਦੀ 84 ਨੂੰ ਭੁੱਲ ਨਹੀਂ ਸਕਦੇ ਜਿਨ੍ਹਾਂ ਦੀ ਨੌਜਵਾਨੀ ਪੀੜ੍ਹੀ ਸਾਰੀ ਖੋਲੀ ਯਾਰ ਤੁਸੀਂ ਇਸ ਕਰਕੇ ਯਾਰ ਰਾਜਨੀਤੀਆਂ ਦੇ ਵਿੱਚ ਨਾ ਫਸ ਜਾਇਓ ਅੱਜ ਰਾਜਨੀਤੀਆਂ ਕਰਕੇ ਰੋਟੀਆਂ ਨਾ ਸਿੱਖਿਓ ਸੱਚ ਦੇ ਖਿਲਾਫ ਲੜਨਾ ਸਿੱਖਿਓ ਸੱਚ ਦੇ ਖਿਲਾਫ ਆਵਾਜ਼ ਉਠਾਉਣੀ ਸਿੱਖਿਓ ਜਿੱਥੇ ਕੋਈ ਗਲਤ ਕਰਦਾ ਉਸਨੂੰ ਗਲਤ ਨੂੰ ਗਲਤ ਕਿਹੋ ਯਾਰ ਸਹੀ ਨੂੰ ਸਹੀ ਕਿਹੋ ਅਤੇ ਫਿਰ ਤੁਹਾਡਾ ਪਰਦਾ ਜ਼ਮੀਰ ਜਾਗਦੀ ਹੈ ਤੁਹਾਡੀ ਸੋ ਬਹੁਤ ਵਧੀਆ ਲਵਲੀ ਨੂਰਵੀਰ ਜੀ ਨੇ ਸੌਂਗ ਲਿਖਿਆ ਵੀ ਹੋਇਆ ਅਤੇ ਬਹੁਤ ਸੋਹਣਾ ਗਾਇਆ ਵੀ ਹੋਇਆ ਯਾਰ ਫੀਲ ਦੇ ਨਾਲ ਗਾਇਆ ਹੋਇਆ ਬਹੁਤ ਸੋਹਣਾ ਮੈਨੂੰ ਲੱਗਾ ਆਪ ਜੀ ਨੂੰ ਇਹ ਸੌਂਗ ਕਿਵੇਂ ਦਾ ਲੱਗਾ ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਉਹ ਵੀ ਆਪ ਜੀ ਦੱਸਣਾ ਕਰਨਾ ਜੇ ਆਪ ਜੀ ਨੂੰ ਮੇਰੀ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀਰ ਜੀ ਤੁਸੀਂ ਇੱਥੇ ਗਲਤ ਸੀ ਤਾਂ ਜੋ ਮੇਰੇ ਗਿਆਨ ਦੇ ਵਿੱਚ ਵਾਧਾ ਹੋ ਸਕੇ ਜੇ ਆਪ ਜੀ ਮੇਰੇ ਚੈਨਲ 'ਤੇ ਨਵੇਂ ਆਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ ਜੇ ਆਪ ਜੀ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰਨਾ ਚਾਹੁੰਦੇ ਹੋ ਤਾਂ ਇਹ ਮੇਰੀ ਇੰਸਟਾਗ੍ਰਾਮ ਦੀ ID ਹੈ ਆਪ ਜੀ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ